ਫੋਰ ਵੇਰੀਏਬਲ ਕੇ ਮੈਪ, ਥ੍ਰੀ ਵੇਰੀਏਬਲ ਕੇ ਮੈਪ, ਟੂ ਵੇਰੀਏਬਲ ਕੇ ਮੈਪਸ, ਉਹਨੂੰ ਪਲਾਟ ਕਰਨਾ ਅਤੇ ਰੀਡ ਕਰਨਾ ਅਸੀਂ ਸਿੱਖਿਆ ਸੀਗਾ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕੀ ਹੈ ਐਗਜ਼ਾਮਪਲਸ ਸੋਲਵ ਕਰ ਰਹੇ ਹਾਂ ਆਫ ਕੇ ਮੈਪ। ਇਹਦੇ ਵਿੱਚ ਦੇਖੀਏ ਅਸੀਂ ਸਾਰਿਆਂ ਨਾਲੋਂ ਵੱਡੀ ਜਿਹੜੀ ਮੇਨ ਟਰਮ ਤੁਹਾਡੀ ਆ ਰਹੀ ਹੈ 15, ਨੰਬਰ ਕਿੰਨਾ ਆ ਰਿਹਾ 15। ਜੇਕਰ ਤੁਹਾਡਾ 0 ਤੋਂ 3 ਦੇ ਵਿੱਚ ਆ ਰਹੇ ਹੈ ਨੰਬਰ ਸਾਰੇ ਤਾਂ ਟੂ ਵੇਰੀਏਬਲ ਕੇ ਮੈਪ ਲੱਗਦਾ ਹੁੰਦਾ, ਟੂ ਵੇਰੀਏਬਲ ਕੇ ਮੈਪ। ਜੇਕਰ 0 ਤੋਂ ਲੈ ਕੇ 7 ਦੇ ਤੱਕ ਹੈ ਥ੍ਰੀ ਵੇਰੀਏਬਲ ਕੇ ਮੈਪ ਲੱਗਦਾ, ਠੀਕ ਹੈ। ਜੇਕਰ ਤੁਹਾਡਾ 0 ਤੋਂ ਲੈ ਕੇ 15 ਦੇ ਵਿੱਚ ਹੈ ਫੋਰ ਵੇਰੀਏਬਲ ਕੇ ਮੈਪ, ਫੋਰ ਵੇਰੀਏਬਲ ਕੇ ਮੈਪ। ਇੱਥੋਂ ਇਹ ਲੱਗਦਾ ਵੀ ਇਹ ਫੋਰ ਵੇਰੀਏਬਲ ਕੇ ਮੈਪ ਦੀ ਪ੍ਰੋਬਲਮ ਹੈ, ਅਸੀਂ ਫੋਰ ਵੇਰੀਏਬਲ ਕੇ ਮੈਪ ਲੈ ਲਈਏ। ਇਹ ਹੋ ਗਿਆ ਤੁਹਾਡਾ ਫੋਰ ਵੇਰੀਏਬਲ ਕੇ ਮੈਪ। ਇਹਦੇ ਵਿੱਚ ਅਸੀਂ ਇਹਨੂੰ ਪਹਿਲਾਂ ਪਲੋਟ ਕਰਾਂਗੇ, ਫਿਰ ਕੀ ਕਰਾਂਗੇ ਇਹਨੂੰ ਰੀਡ ਕਰਾਂਗੇ। ਇਹਨਾਂ ਟਰਮਾਂ ਨੂੰ ਪਲੋਟ ਕਰ ਦਿਆਂਗੇ ਪਹਿਲਾਂ, ਫਿਰ ਕੀ ਕਰਾਂਗੇ ਰੀਡ ਕਰਾਂਗੇ। ਇੱਥੇ ਲਿਖ ਦਿਓ ਏ ਬੀ ਸੀ ਡੀ, 0 0 0 1 1 1 1 0 0 0 0 1 1 1 0। ਇਹ ਹੋ ਗਿਆ ਤੁਹਾਡਾ ਏ ਬਾਰ ਬੀ ਬਾਰ, ਏ ਬਾਰ ਬੀ। ਇਹ ਹੋ ਗਿਆ ਏ ਬੀ, ਏ ਬੀ ਬਾਰ, ਸੀ ਬਾਰ ਡੀ ਬਾਰ, ਸੀ ਬਾਰ ਡੀ, ਸੀ ਡੀ ਅਤੇ ਸੀ ਸੀ ਡੀ ਬਾਰ। ਇਹ ਹੋ ਗਿਆ ਸੀ ਡੀ ਬਾਰ। ਇੱਥੇ ਨੰਬਰ ਹੁੰਦਾ ਤੁਹਾਡਾ 0, ਇਹ 1 ਹੁੰਦਾ, ਇਹ 2 ਹੁੰਦਾ, ਇਹ 3, 4, 5, 6, 7, 8, 9, 10, 11, 12, 13, 14, 15। 0 ਅਤੇ 1 ਪੁੱਟ ਕਰ ਦਿਓ, 1 ਅਤੇ 1 ਪੁੱਟ ਕਰ ਦਿਓ, 2 ਅਤੇ 1 ਪੁੱਟ ਕਰ ਦਿਓ, 5 ਅਤੇ 1 ਪੁੱਟ ਕਰ ਦਿਓ, 13 ਅਤੇ 1 ਪੁੱਟ ਕਰ ਦਿਓ, 15 ਅਤੇ 1 ਪੁੱਟ ਕਰ ਦਿਓ, ਬਾਕੀ ਸਾਰੇ ਜਗ੍ਹਾ 'ਤੇ ਕੀ ਹੈ 0 0 0 0 0 0 0 0 0 ਪੁੱਟ ਕਰ ਦਿਓ। ਹਰ ਇੱਕ ਜਗ੍ਹਾ 'ਤੇ ਕੀ ਪੁੱਟ ਕਰ ਦਿਓ 0 0 0। ਤਾਂ ਇਹਦੇ ਬਾਅਦ ਕੀ ਆਏਗਾ ਤੁਹਾਡਾ ਗਰੁੱਪ ਬਣਾ ਗਏ ਅਸੀਂ, 16 ਦਾ ਨਹੀਂ ਬਣਦਾ, 16 ਤੋਂ ਬਾਅਦ 8, 8 ਤੋਂ ਬਾਅਦ 4, 4 ਨਾਲ ਲਗਮੇ ਵੀ 1 ਹੈ ਨਹੀਂ, 4 ਤੋਂ ਬਾਅਦ ਕੀ ਕਰਾਂਗੇ ਅਸੀਂ 2, 2 ਵੰਸ ਦਾ, ਆਹ 2 ਵੰਸ ਦਾ ਗਰੁੱਪ ਬਣ ਗਿਆ, ਆਹ 2 ਵੰਸ ਦਾ ਗਰੁੱਪ ਬਣ ਗਿਆ, ਇੱਕ ਇਹਦਾ ਅਤੇ ਇਹਦਾ ਬਣ ਗਿਆ, 3 ਗਰੁੱਪ ਬਣ ਗਏ। ਗਰੁੱਪ ਕੀ ਹੈ, ਘੱਟ ਤੋਂ ਘੱਟ ਹੋਣੇ ਚਾਹੀਦੇ ਆ ਅਤੇ ਗਰੁੱਪ ਵੱਡੇ ਤੋਂ ਵੱਡਾ ਹੋਣਾ ਚਾਹੀਦਾ। ਤਾਂ ਵਾਈ ਇਜ ਇਕੁਅਲ ਟੂ ਕਾਹਦੇ ਬਰਾਬਰ ਆ ਗਿਆ, ਪਹਿਲਾਂ ਇਹਨੂੰ ਇੱਧਰਾਂ ਰੀਡ ਕਰਾਂਗੇ, ਏ ਬੀ, ਇੱਧਰੋਂ ਕੀ ਆ ਗਿਆ ਏ ਬੀ ਡੀ, ਇਹਦੇ 'ਚੋਂ ਏ ਬਾਰ ਕੋਮਨ ਆ ਗਿਆ ਹੋਰੀਜੈਂਟਲੀ, ਏ ਬਾਰ, ਆ ਬੀ ਚੇਂਜ ਹੋ ਗਿਆ ਅਤੇ ਇੱਧਰੋਂ ਇਹਨੂੰ ਚੇਂਜ ਹੋਣ ਦਾ ਮੌਕਾ ਹੀ ਹੈ ਨਹੀਂ, ਸੀ ਬਾਰ ਡੀ। ਫਿਰ ਇਹਦੇ 'ਚ ਦੇਖੀਏ, ਇਹਦੇ 'ਚ ਹੈਗਾ ਤੁਹਾਡਾ ਏ ਬਾਰ ਬੀ ਬਾਰ, ਇੱਥੋਂ ਆ ਗਿਆ ਏ ਬਾਰ ਬੀ ਬਾਰ ਹੋਰੀਜੈਂਟਲੀ। ਵਰਟੀਕਲੀ ਕੀ ਹੈ, ਸੀ ਬਾਰ ਸੀ ਚੇਂਜ ਹੋ ਗਿਆ, ਡੀ ਬਾਰ ਡੀ ਬਾਰ, ਇੱਥੇ ਆ ਗਿਆ ਡੀ ਬਾਰ। ਤਾਂ ਆਨਸਰ ਇਜ਼ ਇਕੁਅਲ ਟੂ ਆ ਗਿਆ ਏ ਬਾਰ ਬੀ ਬਾਰ ਡੀ ਬਾਰ ਔਰ ਏ ਬਾਰ ਸੀ ਬਾਰ ਡੀ ਔਰ ਏ ਬੀ ਡੀ, ਠੀਕ ਹੈ। ਅਤੇ ਇਹ ਸੀਗਾ ਤੁਹਾਡਾ ਨੁਮੈਰੀਕਲ।
ਨੈਕਸਟ ਨੂਮੈਰੀਕਲ ਹੈਗਾ ਵਾਈ ਇਜ ਇਕਲ ਟੂ 'ਕਿਹੜੀਆਂ ਮਿਨ ਟਰਮਸ ਹੈ ਸਾਡੇ ਕੋਲ? 0, 1, 5, 7, 9, 11, 13 ਅਤੇ 15 ਇਹ ਸਾਡੇ ਕੋਲ ਮੇਨ ਟਰਮਸ ਹੈ। ਤਾਂ ਇਹਦੇ 'ਚ ਇੱਥੋਂ ਪਤਾ ਲੱਗ ਰਿਹਾ ਸਾਰਿਆਂ ਨਾਲੋਂ ਵੱਡਾ ਵੇਰੀਏਬਲ ਤੁਹਾਡਾ ਟਰਮ ਕਿਹੜੀ ਹੈ? 15। ਇਸ ਕਰਕੇ ਇਹ 4-ਵੇਰੀਏਬਲ ਪ੍ਰੋਬਲਮ ਹੈਗੀ ਹੈ। 4-ਵੇਰੀਏਬਲ ਪ੍ਰੋਬਲਮ ਹੈ ਤਾਂ ਕਿਹੜਾ ਕੇ ਮੈਪ ਲੱਗੂਗਾ? 4-ਵੇਰੀਏਬਲ ਕੇ ਮੈਪ ਲੱਗੂਗਾ। ਇੱਥੇ ਲਿਖਾਂਗੇ ਅਸੀਂ ਏ ਬੀ, ਇੱਥੇ ਲਿਖਾਂਗੇ ਸੀ ਡੀ, 0, 0, 0, 1, 1, 1, 1, 0, 0, 0, 0, 1, 1, 1, 1, 0, 0, 1, 2, 3, 4, 5, 6, 7, 8, 9, 10, 11, 12, 13, 14, 15। 0 'ਤੇ 1 ਪੁੱਟ ਕਰ ਦਿਓ, 1 'ਤੇ 1 ਪੁੱਟ ਕਰ ਦਿਓ, 5 'ਤੇ 1 ਪੁੱਟ ਕਰ ਦਿਓ, 7 'ਤੇ 1 ਪੁੱਟ ਕਰ ਦਿਓ, 9 'ਤੇ 1 ਪੁੱਟ ਕਰ ਦਿਓ, 11 'ਤੇ 1 ਪੁੱਟ ਕਰ ਦਿਓ, 13 'ਤੇ, 15 'ਤੇ, ਬਾਕੀ ਸਾਰੀ ਜਗ੍ਹਾ 'ਤੇ ਕੀ ਪੁੱਟ ਕਰ ਦਿਓ? 0, 0, 0, 0, 0, 0, 0, 0। ਹੁਣ ਅਸੀਂ ਇਹਦੇ 'ਚ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਅਸੀਂ ਦੇਖਦੇ ਹਾਂ 8 ਦਾ, 16 ਦਾ, 16 ਦਾ ਨਹੀਂ ਬਣਦਾ, 16 ਤੋਂ ਬਾਅਦ 8, 8 ਤੋਂ ਬਾਅਦ 4 ਦਾ ਦੇਖਾਂਗੇ ਅਸੀਂ। ਦੇਖੋ 4 ਦਾ ਇੱਕ ਤਾਂ ਇਹ ਬਣ ਗਿਆ 4 ਦਾ, ਠੀਕ ਹੈ, ਇੱਕ 4 ਦਾ ਗਰੁੱਪ ਆਹ ਬਣ ਗਿਆ, 2 ਆਹ 1 ਕਵਰ ਕਰਨਾ, ਇੱਕ 4 ਦਾ ਗਰੁੱਪ ਆਹ ਬਣ ਗਿਆ, 3, ਠੀਕ ਹੈ। ਹੁਣ ਆਹ 1 ਰਹਿ ਗਿਆ, ਇਹ 2 ਦੇ 'ਚ ਜਾਊਗਾ, 2 ਦੇ ਗਰੁੱਪ 'ਚ। ਤਾਂ ਸਾਡੇ ਕੋਲ 3 4 4 ਦੇ ਬਣ ਗਏ, 1 2 ਦਾ ਬਣ ਗਿਆ। ਇਹਨੂੰ ਕਿਵੇਂ ਰੀਡ ਕਰਾਂਗੇ ਅਸੀਂ? ਏ ਬਾਰ ਬੀ ਬਾਰ, ਏ ਬਾਰ ਬੀ, ਏ ਬੀ, ਏ ਬੀ ਬਾਰ, ਸੀ ਬਾਰ ਡੀ ਬਾਰ, ਸੀ ਬਾਰ ਡੀ, ਸੀ ਡੀ ਅਤੇ ਸੀ ਡੀ ਬਾਰ। ਇੱਧਰੋਂ ਆ ਗਿਆ ਤੁਹਾਡਾ ਏ ਬਾਰ ਬੀ ਬਾਰ ਹੋਰੀਜੈਂਟਲੀ, ਇੱਧਰ 'ਚੋਂ ਆ ਗਿਆ ਸੀ ਬਾਰ। ਹੁਣ ਆਹ ਗਰੁੱਪ ਹੈ, ਇਹਦੇ ਵਿੱਚ ਏ ਬਾਰ ਏ ਚੇਂਜ ਹੋ ਗਿਆ, ਬੀ ਬਾਰ ਬੀ ਇਹ ਵੀ ਚੇਂਜ ਹੋ ਗਿਆ, ਇੱਧਰੋਂ ਆ ਗਿਆ ਸੀ ਬਾਰ ਡੀ, ਜਿਹੜਾ ਆਹ ਗਰੁੱਪ ਸੀਗਾ ਇਹਦਾ, ਠੀਕ ਹੈ। ਇਸ ਗਰੁੱਪ ਦਾ ਕੀ ਆਜੂਗਾ? ਇੱਧਰੋਂ ਕਾਮਨ ਆ ਗਿਆ ਏ, ਬੀ ਬੀ ਬਾਰ ਚੇਂਜ ਹੋ ਗਿਆ, ਇੱਧਰੋਂ ਕੀ ਹੈ ਆਹ ਸੀ ਚੇਂਜ ਹੋ ਗਿਆ ਅਤੇ ਡੀ ਡੀ ਆ ਗਿਆ। ਇਸ ਗਰੁੱਪ ਦੇ ਵਿੱਚ ਹੋਰੀਜੈਂਟਲੀ ਪਹਿਲਾਂ ਏ ਬਾਰ ਏ ਚੇਂਜ ਹੋ ਗਿਆ, ਇੱਥੇ ਹੋ ਗਿਆ ਬੀ, ਅਤੇ ਵਰਟੀਕਲੀ ਕੀ ਹੈ? ਇੱਥੇ ਸੀ ਬਾਰ ਸੀ, ਇੱਥੇ ਆ ਗਿਆ ਡੀ। ਤਾਂ ਆਨਸਰ ਇਜ ਇਕਲ ਟੂ ਵਾਈ ਇਜ ਇਕਲ ਟੂ ਕਿਹਦੇ ਬਰਾਬਰ ਆ ਗਿਆ? ਏ ਬਾਰ ਬੀ ਬਾਰ ਸੀ ਬਾਰ ਔਰ ਸੀ ਬਾਰ ਡੀ ਔਰ ਏ ਡੀ ਔਰ ਬੀ ਡੀ, ਇਹ ਆਨਸਰ ਆ ਗਿਆ ਤੁਹਾਡਾ। ਸਾਡੇ ਕੋਲ ਵਾਈ ਇਜ ਇਕਲ ਟੂ ਸਮਿਸ਼ਨ ਐਮ 1, 3, 5, 9, 11, 13, ਇਹਦੇ ਵਿੱਚ ਹਾਈਐਸਟ ਹੈਗਾ 13, ਇਸ ਕਰਕੇ ਇਹ ਕਿਹੜੀ ਪ੍ਰੋਬਲਮ ਹੈ? 5 4 ਵੇਰੀਏਬਲ ਪ੍ਰੋਬਲਮ ਹੈ।
ਇਹਦੇ ਵਿੱਚ ਆਉਂਦੀ ਹੈ 0 ਤੋਂ ਲੈ ਕੇ 15 ਦੇ ਵਿੱਚ ਆ ਰਹੀ ਹੈ। 4 ਵੇਰੀਏਬਲ ਪ੍ਰੋਬਲਮ ਹੈ। ਪਹਿਲਾਂ ਆ ਕੇ ਮੈਪ ਬਣਾ ਲਓ 4 ਵੇਰੀਏਬਲ ਏ ਬੀ ਸੀ ਡੀ, ਠੀਕ ਹੈ। ਇਹਦੇ ਵਿੱਚ ਪੁੱਟ ਕਰ ਦਿਓ 1 ਦੀ ਜਗ੍ਹਾ 'ਤੇ 1 ਪੁੱਟ ਕਰ ਦਿਓ, 3 ਦੀ ਜਗ੍ਹਾ 'ਤੇ 0, 1, 2, 3, 4, 5, 6, 7, 8, 9, 10, 11, 12, 13, 14, 15 ਇਹ ਪੋਜੀਸ਼ਨਸ ਹੈ ਇਹਦੀਆਂ। 1 'ਤੇ, 3 'ਤੇ, ਫਿਰ ਕਿੰਨੇ 'ਤੇ, 5 'ਤੇ, ਫਿਰ 9 'ਤੇ, ਫਿਰ 11 'ਤੇ, ਫਿਰ 13 'ਤੇ। ਬਾਕੀ ਸਾਰੀ ਜਗ੍ਹਾ 'ਤੇ ਕੀ ਪੁੱਟ ਕਰਦੇ? 0, 0, 0, 0, 0, 0, 0, 0, 0। ਪਹਿਲਾਂ ਅਸੀਂ 16 ਦਾ ਦੇਖਾਂਗੇ, ਨਹੀਂ ਬਣਦਾ ਗਰੁੱਪ। ਫਿਰ 8 ਦਾ ਦੇਖਾਂਗੇ, 8 ਦਾ ਵੀ ਨਹੀਂ ਬਣਦਾ, ਨਾਲ ਲੱਗਵੇਂ 8ਵੇਂ ਹੈ ਨਹੀਂ। 8 ਤੋਂ ਬਾਅਦ ਅਸੀਂ 4 ਦਾ ਦੇਖਾਂਗੇ। 4 ਦਾ ਇੱਕ ਤਾਂ ਆਹ ਬਣ ਗਿਆ ਹੋਰੀਜੈਂਟਲੀ, ਠੀਕ ਹੈ। ਹੁਣ ਆਹ 2 1 ਰਹਿ ਗਏ ਕਵਰ ਕਰਨ ਵਾਲੇ, ਇਹਨੂੰ ਵੱਡੇ ਦੇ ਵੱਡੇ ਗਰੁੱਪ ਦੇ ਵਿੱਚ ਕਵਰ ਕਰਨਾ ਅਸੀਂ। ਇੱਧਰੋਂ ਅਸੀਂ ਆਹ 2 ਦਾ ਆਹ 2 ਨਾਲ ਬਣਾ ਦੇਂਗੇ। ਇਸ ਕਰਕੇ 4 4 ਦੇ 2 ਗਰੁੱਪ ਬਣ ਗਏ। ਪਹਿਲਾਂ ਇਹਨੂੰ ਰੀਡ ਕਰਾਂਗੇ। ਇੱਥੇ ਏ ਬਾਰ ਏ ਬਾਰ ਏ ਚੇਂਜ ਹੋ ਗਿਆ, ਬੀ ਬਾਰ ਬੀ ਬੀ ਵੀ ਚੇਂਜ ਹੋ ਗਿਆ, ਇਹਦਾ ਆ ਗਿਆ ਇੱਥੋਂ ਸੀ ਬਾਰ ਡੀ। ਹੋਰੀਜੈਂਟਲ ਵਾਲੇ ਕੁਆਡ ਦਾ ਕਿੰਨਾ ਗਿਆ? ਸੀ ਬਾਰ ਡੀ। ਇਹਦੇ 'ਚੋਂ ਹੁਣ ਇਹਨੂੰ ਦੇਖੀਏ, ਏ ਬਾਰ ਏ ਚੇਂਜ ਹੋ ਗਿਆ, ਇੱਥੇ ਕੀ ਹੈ ਬੀ ਬਾਰ, ਇੱਥੇ ਵੀ ਬੀ ਬਾਰ, ਇਹਦਾ ਆ ਗਿਆ ਬੀ ਬਾਰ। ਇੱਧਰੋਂ ਸੀ ਬਾਰ ਸੀ ਵਰਟੀਕਲੀ ਚੇਂਜ ਹੋ ਗਿਆ, ਇੱਥੋਂ ਕੀ ਆ ਗਿਆ ਤੁਹਾਡਾ ਡੀ। ਤਾਂ ਆਨਸਰ ਆ ਗਿਆ ਵਾਈ ਇਜ਼ ਈਕਲ ਟੂ ਸੀ ਬਾਰ ਡੀ ਔਰ ਬੀ ਬਾਰ ਡੀ। ਇਹ ਤੁਹਾਡਾ ਆਨਸਰ ਆ ਗਿਆ 4 ਵੇਰੀਏਬਲ ਕੇ ਮੈਪ ਦਾ। ਨੈਕਸਟ ਹੈਗਾ ਸਾਡੇ ਕੋਲ ਵਾਈ ਇਜ਼ ਈਕਲ ਟੂ ਸਮਿਸ਼ਨ ਐਮ 1 3 4 5 7 9 11 13 ਅਤੇ 15, ਅਤੇ ਇਹਦੇ ਵਿੱਚ ਹਾਈਐਸਟ ਬਿੱਟ ਹੈਗਾ 15, ਅਤੇ ਇਸ ਕਰਕੇ 4 ਵੇਰੀਏਬਲ ਪ੍ਰੋਬਲਮ ਬਣ ਗਈ, ਠੀਕ ਹੈ। ਇੱਥੇ ਅਸੀਂ ਏ ਬੀ ਸੀ ਡੀ ਲਿਖ ਲਿਆ, 0, 1, 2, 3, 4, 5, 6, 7, 8, 9, 10, 11, 12, 13, 14, ਉਹ ਇਹ ਪੋਜੀਸ਼ਨ ਉਵੇਂ ਰਹਿਣਗੀਆਂ। 0, 0, 0, 1, 1, 1, 1, 0, 0, 0, 0, 1, 1, 1, 1, 0, ਇਹ ਸਾਰਾ ਕੇ ਮੈਂ ਪਿਛਲੇ ਕੁਐਸਚਨ ਵਾਂਗੂ ਹੀ ਹੈ। ਫਿਰ 1 'ਤੇ ਪੁੱਟ ਕਰ ਦਿਓ ਪਹਿਲਾਂ, ਫਿਰ 3 'ਤੇ, 4 'ਤੇ, 4 ਕਿੱਥੇ ਆ ਪਿਆ, 5 'ਤੇ, 7 'ਤੇ, 9 'ਤੇ, 11 'ਤੇ, 13 'ਤੇ, 15 'ਤੇ, ਬਾਕੀ ਸਾਰੇ ਜਗ੍ਹਾ 'ਤੇ 0, 0, 0, 0, 0, 0, 0 ਪੁੱਟ ਕਰ ਦਿਓ। ਤਾਂ ਅਸੀਂ ਇਹਦੇ ਵਿੱਚੋਂ ਦੇਖੀਏ, ਪਹਿਲਾਂ 16 ਦਾ ਨਹੀਂ ਬਣਦਾ, ਆਹ 8 ਵਨਸ ਦਾ ਬਣ ਰਿਹਾ ਗਰੁੱਪ। 8 ਵਨਸ ਮੈਕਸੀਮਮ ਕਵਰ ਹੋ ਗਏ ਇਹਦੇ 'ਚ। ਇਹਦੇ ਬਾਅਦ ਇਹ ਰਹਿ ਗਿਆ ਕਵਰ ਕਰਨ ਵਾਲਾ ਇਕੱਲਾ, ਤਾਂ ਇਹਨੂੰ ਇਹਦੇ ਨਾਲ ਕਵਰ ਕਰ ਦਿਓ ਜੀ, ਇਹਨੂੰ ਇਹਦੇ ਨਾਲ ਕਵਰ ਕਰ ਦਿਓ, ਠੀਕ ਹੈ। ਇਹਨੂੰ ਪਹਿਲਾਂ ਹੋਰੀਜੈਂਟਲੀ ਰੀਡ ਕਰੋ, ਫਿਰ ਵਰਟੀਕਲੀ ਰੀਡ ਕਰੋ। ਇੱਥੋਂ ਆ ਗਿਆ ਤੁਹਾਡਾ ਹੋਰੀਜੈਂਟਲੀ ਸਾਰੇ ਚੇਂਜ ਹੋ ਗਏ, ਵਰਟੀਕਲੀ ਆ ਗਿਆ ਸੀ ਬਾਰ ਸੀ ਚੇਂਜ ਹੋ ਗਿਆ, ਇੱਥੋਂ ਆ ਗਿਆ ਇਕੱਲਾ ਡੀ। ਇਹਨੂੰ ਇੱਧਰੋਂ ਆ ਗਿਆ ਏ ਬਾਰ ਬੀ, ਇੱਥੋਂ ਆ ਗਿਆ ਸੀ ਬਾਰ, ਏ ਬਾਰ ਬੀ ਸੀ ਬਾਰ, ਅਤੇ ਡੀ ਚੇਂਜ ਹੋ ਗਿਆ। ਤਾਂ ਆਨਸਰ ਆ ਗਿਆ ਵਾਈ ਇਜ਼ ਈਕਲ ਟੂ ਏ ਬਾਰ ਬੀ ਸੀ ਬਾਰ ਔਰ ਡੀ, ਇਹ ਤੁਹਾਡਾ ਆਨਸਰ ਆ ਗਿਆ ਇਹਦਾ। ਨੈਕਸਟ ਨੁਮੈਰੀਕਲ ਲੈਂਦੇ ਹਾਂ ਅਸੀਂ। ਇਸ ਨੁਮੈਰੀ ਨੈਕਸਟ ਨੁਮੈਰੀਕਲ ਦੇ ਵਿੱਚ
ਨੈਕਸਟ ਮੈਰੀਕਲ ਦੇ ਵਿੱਚ ਹੈਗਾ 0, 2, 5, 6, 7, 8, 10, 13 ਅਤੇ 15। ਆ ਅਸੀਂ ਕੇ ਮੈਂ ਬਣਾ ਲਿਆ 4 ਵੇਰੀਏਬਲ ਕਿਉਂਕਿ 15 ਸੀਗਾ ਨੰਬਰ। ਠੀਕ ਹੈ, ਇਸ ਤੋਂ ਬਾਅਦ ਕੀ ਹੈ ਅਸੀਂ ਇਹ ਪਲੋਟ ਕਰ ਦਈਏ, ਇਹਨੂੰ 0 ਅਤੇ 1 ਪੁੱਟ ਕਰ ਦਿਓ, 2 ਅਤੇ 1 ਪੁੱਟ ਕਰ ਦਿਓ, ਆ 2 ਸੀਗਾ ਇੱਥੇ 1 ਪੁੱਟ ਕਰ ਦਿਓ, 5 ਅਤੇ 1 ਪੁੱਟ ਕਰ ਦਿਓ, 6 ਅਤੇ 1 ਪੁੱਟ ਕਰ ਦਿਓ, 7 ਅਤੇ 1 ਪੁੱਟ ਕਰ ਦਿਓ, 8 ਅਤੇ ਫਿਰ ਕਿੰਨਾ 10 ਅਤੇ 1 ਪੁੱਟ ਕਰਤਾ, ਫਿਰ 13, ਫਿਰ 15, ਬਾਕੀ ਜਗ੍ਹਾ 'ਤੇ 0, 0, 0, 0, 0, 0, 0। ਪਹਿਲਾਂ ਅਸੀਂ 16 ਦਾ ਦੇਖਾਂਗੇ, ਨਹੀਂ ਬਣਦਾ, 16 ਤੋਂ ਬਾਅਦ ਅਸੀਂ 8 ਦਾ ਦੇਖਾਂਗੇ, 8 ਤੋਂ ਬਾਅਦ ਅਸੀਂ ਦੇਖਾਂਗੇ 4 ਦਾ, ਆਹ 4 ਦਾ ਬਣ ਗਿਆ ਜੀ। ਇੱਕ 4 ਦਾ ਹੋਰ ਗਰੁੱਪ ਬਣ ਗਿਆ, ਆਹਾ ਅਤੇ ਆ 4 ਦਾ ਗਰੁੱਪ ਦੂਸਰਾ ਬਣ ਗਿਆ। ਠੀਕ ਹੈ, ਹੁਣ ਆਹ 1 ਰਹਿ ਗਿਆ, ਇਹਨੂੰ ਭਾਵੇਂ ਇਹਦੇ ਨਾਲ ਕਵਰ ਕਰ ਦਿਓ, ਭਾਵੇਂ ਇਹਦੇ ਨਾਲ ਕਵਰ ਕਰ ਦਿਓ, ਮੰਨ ਲਓ ਮੈਂ ਇਹਦੇ ਨਾਲ ਕਵਰ ਕਰ ਦਿੰਦਾ। ਹੁਣ ਇਹਨਾਂ ਨੂੰ ਰੀਡ ਕਰ ਲਓ, ਇਹ ਕੀ ਹੈ ਤੁਹਾਡਾ ਏ ਬਾਰ ਬੀ ਬਾਰ, ਏ ਬਾਰ ਬੀ ਹੈ, ਇਹ ਏ ਬੀ ਹੈ, ਏ ਬੀ ਬਾਰ ਹੈ, ਇਹ ਹੈਗਾ ਤੁਹਾਡਾ ਸੀ ਬਾਰ ਡੀ ਬਾਰ, ਸੀ ਬਾਰ ਡੀ ਹੈ, ਸੀ ਡੀ ਹੈ ਅਤੇ ਸੀ ਡੀ ਬਾਰ ਹੈ। ਪਹਿਲਾਂ ਇਹਦੇ 'ਚੋਂ ਕੀ ਆ ਗਿਆ ਕੋਮਨ, ਬੀ, ਇੱਧਰੋਂ ਵਰਟੀਕਲੀ ਕੀ ਆ ਗਿਆ, ਡੀ, ਬੀ ਡੀ। ਆਹ 4 ਦੇ ਵਿੱਚੋਂ ਇੱਥੋਂ ਆਹ ਚੇਂਜ ਹੋ ਗਿਆ ਬੀ ਬਾਰ, ਇੱਥੋਂ ਸੀ ਬਾਰ ਸੀ ਚੇਂਜ ਹੋ ਗਿਆ ਡੀ ਬਾਰ। ਠੀਕ ਹੈ, ਹੁਣ ਆ ਇਹ ਤੋਂ ਬਾਅਦ ਆ 2 ਦਾ ਇੱਥੋਂ ਕੀ ਕਾਮਨ ਆ ਗਿਆ, ਏ ਬਾਰ, ਇੱਥੋਂ ਆ ਗਿਆ ਸੀ ਡੀ ਬਾਰ, ਤਾਂ ਆਨਸਰ ਆ ਗਿਆ ਵਾਈ ਇਜ ਇਕਲ ਟੂ ਬੀ ਬਾਰ ਡੀ ਬਾਰ ਔਰ ਬੀ ਡੀ ਔਰ ਏ ਬਾਰ ਸੀ ਡੀ ਬਾਰ। ਇਹ ਤੁਹਾਡਾ ਇਸ ਨੂਮੈਰੀਕਲ ਦਾ ਆਨਸਰ ਆ ਗਿਆ। ਇਸ ਤੋਂ ਬਾਅਦ ਅਸੀਂ ਇੱਕ ਹੋਰ ਨੂਮੈਰੀਕਲ ਲਈਏ, ਨੈਕਸਟ ਨੂਮੈਰੀਕਲ ਹੈਗਾ ਜਿਹਦੇ ਵਿੱਚ ਮੇਨ ਟਰਮ ਹੈਗੀਆਂ ਸਾਡੀਆਂ 1, 5, 6, 7, 11, 12, 13 ਅਤੇ 15। 1 'ਤੇ ਪੁੱਟ ਕਰ ਦਿਓ, 5 'ਤੇ, 6 'ਤੇ, 7 'ਤੇ, 11, 12, 12, 13 ਅਤੇ 15। ਬਾਕੀ ਜਗ੍ਹਾ 'ਤੇ ਪੁੱਟ ਕਰਾਂਗੇ 0, 0, 0, 0, 0, 0, 0। ਇਹਦੇ 'ਚ ਅਸੀਂ 16 ਦਾ ਸੋਚਾਂਗੇ ਪਹਿਲਾਂ, 16 ਤੋਂ ਬਾਅਦ 8 ਦਾ, 8 ਤੋਂ ਬਾਅਦ 4 ਦਾ ਸੋਚਾਂਗੇ, ਆਹ 4 ਦਾ ਬਣ ਗਿਆ। ਹੁਣ ਮੈਂ ਐਸ 1 ਨੂੰ ਕਵਰ ਕਰਨਾ, ਆਹ ਡਬਲ 'ਚ ਕਰਨਾ ਪਊਗਾ, ਐਸ 1 ਨੂੰ ਕਵਰ ਕਰਨਾ, 3 ਦਾ ਤਾਂ ਬਣ ਨਹੀਂ ਸਕਦਾ, ਇਹ ਵੀ ਡਬਲ 'ਚ ਜਾਊਗਾ, ਇਸ 1 ਨੂੰ ਕਵਰ ਕਰਨਾ, ਇਹ ਵੀ ਡਬਲ 'ਚ ਜਾਊਗਾ, ਫਿਰ ਆਹ 1 ਰਹਿ ਗਿਆ ਸਾਡਾ, ਇਹਨੂੰ ਕਵਰ ਕਰਨਾ, ਇਹ ਵੀ ਡਬਲ 'ਚ ਜਾਊਗਾ। ਤਾਂ ਇਸ ਕੁਐਸਚਨ ਦੇ ਵਿੱਚ ਥੋੜ੍ਹਾ ਜਿਹਾ ਹੈ ਸਾਨੂੰ ਗਰੁੱਪ ਕੀ ਹੋਣਾ ਚਾਹੀਦਾ ਵੱਡੇ ਤੋਂ ਵੱਡਾ, ਅਤੇ ਗਰੁੱਪਾਂ ਦੀ ਗਿਣਤੀ ਕੀ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਜੇ ਇੱਥੇ ਅਸੀਂ ਦੇਖੀਏ, ਪਹਿਲਾ ਗਰੁੱਪ ਅਸੀਂ ਵੱਡੇ ਤੋਂ ਵੱਡਾ ਬਣਾਇਆ ਸੀ 4 ਦਾ, ਪਰ ਆਹ 1 ਨੂੰ ਅਸੀਂ ਕਵਰ ਕਰਨ ਲਈ 2-2 ਦੇ ਗਰੁੱਪ ਬਣਾਉਣੇ ਪਏ। ਅਤੇ ਜੇ ਅਸੀਂ ਦੇਖੀਏ ਇਸ ਗਰੁੱਪ ਦੀ ਸਾਨੂੰ ਜਿਹੜਾ ਕੁਆਡ ਦੀ ਇਸ ਵੇਲੇ ਲੋੜ ਹੀ ਨਹੀਂ ਰਹੀ, ਕਿਉਂਕਿ ਉਹ ਅਸੈਂਸ਼ੀਅਲ ਬਣ ਚੁੱਕੇ ਆ, ਜ਼ਰੂਰੀ ਬਣ ਚੁੱਕੇ ਆ, ਇਹਦੀ ਲੋੜ ਨਹੀਂ ਸਾਨੂੰ ਇਸ ਗਰੁੱਪ ਦੀ, ਕਿਉਂਕਿ ਇਹ ਪਹਿਲਾਂ ਹੀ ਕਵਰ ਹੋ ਚੁੱਕੇ 1। ਤਾਂ ਇਹ ਟ੍ਰਿਕ ਸੀਗਾ ਇਸ ਕੁਐਸਚਨ ਦੇ ਵਿੱਚ। ਤਾਂ ਇੱਥੋਂ
ਆ ਗਿਆ, ਪਹਿਲਾਂ ਹੋਰੀਜੈਂਟਲੀ ਆ ਗਿਆ ਏ ਬਾਰ ਕੋਮਨ ਆ ਗਿਆ, ਇੱਧਰੋਂ ਆ ਗਿਆ ਸੀ ਬਾਰ ਡੀ, ਏ ਬਾਰ ਸੀ ਬਾਰ ਡੀ। ਇਸ ਗਰੁੱਪ ਨੂੰ ਪੜ੍ਹਾਂਗੇ, ਏ ਬਾਰ ਬੀ ਹੋਰੀਜੈਂਟਲੀ, ਇੱਥੇ ਆ ਗਿਆ ਸੀ। ਇਸ ਗਰੁੱਪ ਨੂੰ ਪੜ੍ਹੀਏ, ਇੱਧਰੋਂ ਆ ਗਿਆ ਏ ਬੀ, ਇੱਧਰੋਂ ਆ ਗਿਆ ਸੀ ਬਾਰ। ਇਸ ਗਰੁੱਪ ਨੂੰ ਪੜ੍ਹੀਏ, ਇਹਦੇ 'ਚੋਂ ਆ ਗਿਆ ਏ ਅਤੇ ਇੱਧਰੋਂ ਆ ਗਿਆ ਸੀ ਡੀ, ਤਾਂ ਆਂਸਰ ਆ ਗਿਆ ਵਾਈ ਇਜ਼ ਇਕਲ ਟੂ ਏ ਬੀ ਸੀ ਬਾਰ, ਏ ਬਾਰ ਸੀ ਬਾਰ ਡੀ, ਏ ਸੀ ਡੀ, ਏ ਬਾਰ ਬੀ ਸੀ। ਤਾਂ ਇਸ ਕੁਐਸਚਨ ਦੇ ਵਿੱਚ ਇਹ ਟ੍ਰਿਕ ਸੀਗਾ ਵੀ ਗਰੁੱਪ ਵੱਡਾ ਬਣਾ ਕੇ ਸਾਨੂੰ ਬਾਅਦ ਦੇ ਵਿੱਚ ਉਹਨੂੰ ਕੀ ਕਰਨਾ ਪਿਆ, ਕੈਂਸਲ ਕਰਨਾ ਪਿਆ। ਨੈਕਸਟ ਨੂਮੈਰੀਕਲ ਦੇ ਵਿੱਚ ਸਾਨੂੰ ਬੂਲੀਅਨ ਐਕਸਪ੍ਰੈਸ਼ਨ ਦਿੱਤਾ ਹੋਇਆ, ਇਹਨੂੰ ਅਸੀਂ ਕੇ ਮੈਪ ਦੇ ਵਿੱਚ ਲਿਜਾ ਕੇ ਰਿਡਿਊਸ ਕਰਨਾ। ਤਾਂ ਇਹਦੇ ਵਿੱਚ ਦੇਖੀਏ ਅਸੀਂ ਚਾਰ ਵੇਰੀਏਬਲ ਆ, ਏ ਬਾਰ ਬੀ ਬਾਰ ਸੀ ਡੀ, ਮੈਕਸੀਮਮ ਕਿੰਨੇ ਆ, ਇੱਕ ਟਰਮ ਦੇ ਵਿੱਚ ਚਾਰ ਵੇਰੀਏਬਲ ਹੈ, ਇਸ ਕਰਕੇ ਇਹ ਫੋਰ ਵੇਰੀਏਬਲ ਕੇ ਮੈਪ ਲੱਗੇਗਾ। ਉਸੇ ਤਰ੍ਹਾਂ ਸਟੈਂਡਰਡ ਫਾਰਮ ਦੇ ਵਿੱਚ ਏ ਬੀ ਸੀ ਡੀ ਲਿਖ ਕੇ ਫੋਰ ਵੇਰੀਏਬਲ ਕੇ ਮੈਪ ਬਣਾ ਲਓ। ਹੁਣ ਇਹਨੂੰ ਅਸੀਂ ਇਹਦੇ ਵਿੱਚ ਪਲੋਟ ਕਰਨਾ। ਪਲੋਟ ਕਰਨ ਦਾ ਇੱਕ ਤਰੀਕਾ ਕੀ ਹੈ, ਇਹਨੂੰ ਸਟੈਂਡਰਡ ਸਮ ਆਫ ਪ੍ਰੋਡਕਟਸ ਦੇ ਵਿੱਚ ਕਨਵਰਟ ਕਰ ਲਓ। ਆਹ ਸਟੈਂਡਰਡ ਹੈਗਾ, ਆਹ ਸਟੈਂਡਰਡ ਹੈਗੀ ਹੈ, ਇਹਦੇ 'ਚ ਡੀ ਹੈ ਨਹੀਂ, ਇਹਨੂੰ ਡੀ ਔਰ ਡੀ ਬਾਰ ਨਾਲ ਮਲਟੀਪਲਾਈ ਕਰ ਦਿਓ, ਇਹਨੂੰ ਸੀ ਔਰ ਸੀ ਬਾਰ ਨਾਲ, ਇਹਨੂੰ ਬੀ ਔਰ ਬੀ ਬਾਰ, ਅਤੇ ਡੀ ਔਰ ਡੀ ਬਾਰ, ਇਹਨੂੰ ਏ ਔਰ ਏ ਬਾਰ, ਬੀ ਬੀ ਹੈਗਾ ਹੀ ਹੈ, ਬੀ ਸੀ ਔਰ ਸੀ ਬਾਰ, ਅਤੇ ਸੀ ਔਰ ਡੀ, ਡੀ ਔਰ ਡੀ ਬਾਰ ਨਾਲ ਮਲਟੀਪਲਾਈ ਕਰ ਦਿਓ, ਅਤੇ ਇਹਨੂੰ ਮੇਨ ਟਰਮ ਦੇ ਵਿੱਚ ਕਨਵਰਟ ਕਰਕੇ ਅਸੀਂ ਕੇ ਮੈਪ 'ਚ ਲਿਜਾ ਸਕਦੇ ਹਾਂ। ਇੱਥੋਂ ਮੈਂ ਸਿੱਧਾ ਹੀ ਲਿਆਉਣਾ ਚਾਹੁੰਦਾ ਏ ਬਾਰ ਬੀ ਬਾਰ ਸੀ ਡੀ, ਮੈਨੂੰ ਉਹ ਪੁਜੀਸ਼ਨ ਚਾਹੀਦੀ ਹੈ ਜਿਹਦੇ ਵਿੱਚ ਏ ਬਾਰ ਵੀ ਆਉਂਦਾ, ਬੀ ਬਾਰ ਵੀ ਆਉਂਦਾ, ਸੀ ਵੀ ਆਉਂਦਾ, ਅਤੇ ਡੀ ਵੀ ਆਉਂਦਾ ਮੇਨ ਟਰਮ। ਏ ਬਾਰ ਬੀ ਬਾਰ ਇਸ ਬੋਕਸ ਦੇ ਵਿੱਚ ਆ ਰਿਹਾ, ਸੀ ਐਂਡ ਡੀ ਇਹਦੇ ਵਿੱਚ ਆ ਰਿਹਾ, ਤਾਂ ਆਹ ਜਿਹੜਾ ਬੋਕਸ ਹੈ ਸਾਡਾ ਫੁੱਲਫਿਲ ਕਰਦਾ, ਜਿਹਦੇ 'ਚ ਏ ਬਾਰ ਬੀ ਬਾਰ ਸੀ ਐਂਡ ਡੀ ਆਉਂਦਾ, ਇੱਥੇ ਅਸੀਂ ਵਨ ਪੁੱਟ ਕਰ ਦਿਆਂਗੇ। ਇਹ ਪਲੋਟ ਹੋ ਗਈ ਤੁਹਾਡੀ। ਦੂਸਰੇ 'ਚ ਕੀ ਹੈ, ਏ ਬਾਰ ਬੀ, ਏ ਬਾਰ ਬੀ ਇੱਧਰੋਂ ਆ ਗਿਆ, ਇੱਧਰੋਂ ਆ ਗਿਆ ਸੀ ਡੀ ਬਾਰ, ਆਹ ਜਿਹੜਾ ਬੋਕਸ ਹੈ ਆਹ ਏ ਬਾਰ ਬੀ ਵਾਲਾ ਸੀਗਾ, ਆਹ ਸੀ ਡੀ ਵਾਲਾ, ਅਤੇ ਸੀ ਡੀ ਬਾਰ ਆਹ ਜਿਹੜਾ ਬੋਕਸ ਹੈ ਤੁਹਾਡਾ, ਇਹਦੇ 'ਚ ਏ ਬਾਰ ਬੀ ਵੀ ਆਉਂਦਾ ਐਂਡ ਸੀ ਬਾਰ ਡੀ ਸੀ ਡੀ ਬਾਰ ਆਉਂਦਾ, ਇੱਥੇ ਅਸੀਂ ਵਨ ਪੁੱਟ ਕਰ ਦਿਆਂਗੇ। ਅੱਗੇ ਚਾਹੀਦਾ ਸਾਨੂੰ ਏ ਬਾਰ ਬੀ ਬਾਰ ਅਤੇ ਸੀ ਬਾਰ, ਏ ਬਾਰ ਬੀ ਬਾਰ ਇਹਦੇ ਵਿੱਚ ਆਉਂਦਾ, ਇੱਥੇ ਨਹੀਂ ਆਉਂਦਾ, ਇੱਥੇ ਨਹੀਂ ਆਉਂਦਾ, ਇੱਥੇ ਨਹੀਂ ਆਉਂਦਾ, ਮੀਨਸ ਆਹ ਬੋਕਸ ਹੋ ਗਿਆ। ਇੱਧਰੋਂ ਸੀ ਬਾਰ ਜਿੱਥੇ ਜਿੱਥੇ ਆਉਂਦਾ, ਸੀ ਬਾਰ ਦੇਖੋ ਇੱਥੇ ਆਉਂਦਾ, ਡੀ ਦਾ ਤਾਂ ਅਸੀਂ ਨਹੀਂ ਦੇਖਣਾ, ਏ ਬਾਰ ਬੀ ਬਾਰ ਅਤੇ ਸੀ ਬਾਰ ਆ ਗਿਆ, ਇਹਦੇ 'ਚ ਏ ਬਾਰ ਬੀ ਬਾਰ ਅਤੇ ਸੀ ਬਾਰ ਇੱਥੇ ਆ ਗਿਆ, ਆਹ ਦੋ ਜਗ੍ਹਾ 'ਤੇ ਇਹ ਪਲੋਟ ਹੋ ਗਿਆ। ਅਗਲਾ ਕੀ ਹੈ, ਏ ਬਾਰ ਬੀ ਬਾਰ ਡੀ ਬਾਰ, ਏ ਬਾਰ ਬੀ ਬਾਰ ਇੱਥੇ ਆ ਗਿਆ, ਅੱਗੇ ਡੀ ਬਾਰ, ਡੀ ਬਾਰ ਇੱਕ ਤਾਂ ਇੱਥੇ ਆਉਂਦਾ, ਇੱਥੇ ਬੰਨ ਪਹਿਲਾਂ ਹੀ ਪੁੱਟ ਕੀਤਾ ਹੋਇਆ, ਇੱਕ ਬੰਨ ਇੱਥੇ ਆ ਜੂਗਾ ਡੀ ਬਾਰ, ਇਹ ਵੀ ਪਲੋਟ ਹੋ ਗਿਆ। ਅੱਗੇ ਆ ਗਿਆ ਏ ਸੀ ਬਾਰ, ਪਹਿਲਾਂ ਹੁਣ ਏ ਦੇਖੋ ਕਿੱਥੇ ਹੈ, ਏ ਇੱਥੇ ਹੈ ਅਤੇ ਇੱਥੇ ਆ, ਆਹ ਦੋ 'ਚ ਏ ਆ ਰਿਹਾ, ਇੱਕ ਕੀ ਚਾਹੀਦਾ ਸਾਨੂੰ, ਸੀ ਬਾਰ, ਸੀ ਬਾਰ ਇਹਦੇ 'ਚ ਆ ਰਿਹਾ, ਏ ਅਤੇ ਸੀ ਬਾਰ ਇੱਥੇ ਬੰਨ ਆ ਗਿਆ, ਇੱਕ ਇੱਥੇ ਬੰਨ ਆ ਗਿਆ, ਇੱਕ ਇੱਥੇ ਬੰਨ ਆ ਗਿਆ, ਇੱਥੇ ਬੰਨ ਆ ਗਿਆ, ਏ ਇੱਥੇ ਹੈ ਅਤੇ ਸੀ ਬਾਰ ਇੱਥੇ ਹੈ। ਅੱਗੇ ਆ ਗਿਆ ਜੀ ਬੀ ਬਾਰ, ਹੁਣ ਹੋਰ ਕੋਈ ਨਹੀਂ ਦੇਖਣਾ, ਬੀ ਬਾਰ ਜਿੱਥੇ ਜਿੱਥੇ ਹੈਗਾ, ਬੀ ਬਾਰ ਇਹਦੇ 'ਚ ਹੈਗਾ, ਇੱਥੇ ਵੀ ਬੰਨ ਆ ਗਿਆ, ਇੱਥੇ ਵੀ ਬੰਨ, ਇੱਥੇ ਵੀ ਬੰਨ, ਇੱਥੇ ਵੀ ਬੰਨ, ਠੀਕ ਹੈ, ਇੱਥੇ ਹੈ ਨਹੀਂ ਬੀ ਬਾਰ, ਇੱਥੇ ਹੈ ਨਹੀਂ ਬੀ ਬਾਰ, ਇੱਥੇ ਬੀ ਬਾਰ ਹੈਗਾ, ਇੱਥੇ ਬੰਨ, ਇੱਥੇ ਬੰਨ, ਇੱਕ ਬੰਨ ਇੱਥੇ ਪੁੱਟ ਕਰ ਦਿਓ, ਇੱਕ ਬੰਨ ਇੱਥੇ ਪੁੱਟ ਕਰ ਦਿਓ, ਬਾਕੀ ਸਾਰੀ ਜਗ੍ਹਾ 'ਤੇ ਕੀ ਪੁੱਟ ਕਰ ਦਿਓ,
ਜੀਰੋ 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 ਤਾਂ ਇਹ ਕੁਐਸਚਨ ਬਣ ਗਿਆ ਸਾਡਾ। ਤਾਂ ਇਹ ਅਸੀਂ ਬੋਲੀਅਨ ਐਕਸਪ੍ਰੈਸ਼ਨ ਨੂੰ ਕਿਹਦੇ ਵਿੱਚ ਲਿਆ ਹੈ, ਕੇ ਮੈਪ ਦੇ ਵਿੱਚ। ਇਹਦੇ 'ਚ ਪਹਿਲਾਂ ਅਸੀਂ 16 ਦਾ ਦੇਖਾਂਗੇ, ਗਰੁੱਪ ਨਹੀਂ ਬਣਦਾ। 16 ਤੋਂ ਬਾਅਦ 8 ਦਾ ਦੇਖਾਂਗੇ, 8 ਦਾ ਬਣਦਾ। ਦੇਖੋ ਆਹ ਗਰੁੱਪ 8 ਦਾ ਬਣ ਗਿਆ, ਠੀਕ ਹੈ, ਆਹ 8 ਦਾ ਬਣ ਗਿਆ। ਹੁਣ ਆਹ ਦੋ ਬੰਸ ਕਵਰ ਕਰਨੇ, ਇੱਕ ਆਹ ਬੰਨ ਕਵਰ ਕਰਨਾ। ਆਹ ਦੋ ਬੰਸ ਕਵਰ ਕਰਨ ਲਈ ਆਹ 4 ਦਾ ਬਣ ਗਿਆ, ਇੱਕ 4 ਦਾ ਬਣ ਗਿਆ, ਠੀਕ ਹੈ। ਹੁਣ ਆਹ ਇੱਕ ਬੰਨ ਰਹਿ ਗਿਆ, ਇਹ ਬੰਨ ਨੂੰ ਕਵਰ ਕਰਨ ਲਈ 4 ਦਾ ਤਾਂ ਬਣਦਾ ਨਹੀਂ ਗਾ, ਤਾਂ ਫਿਰ ਕਿੰਨੇ ਦਾ ਆਊਗਾ? 2 ਦਾ ਆਊਗਾ, ਆਹ ਇਸ 2 'ਚ ਕਵਰ ਹੋ ਜੂਗਾ। ਤਾਂ ਇਹਨੂੰ ਰੀਡ ਕਰ ਲਈਏ ਅਸੀਂ ਪਹਿਲਾਂ। ਇੱਥੇ ਆ ਗਿਆ ਏ ਬਾਰ ਏ, ਇਹਦਾ ਗਿਆ ਬੀ ਬਾਰ ਬੀ, ਅਤੇ ਬੀ ਬਾਰ ਇਹਦਾ ਗਿਆ ਬੀ ਬਾਰ ਆ ਗਿਆ 8 ਵਾਲੇ ਦਾ। ਇੱਧਰੋਂ ਸਾਰੇ ਚੇਂਜ ਹੋ ਗਏ। ਇਹਦੇ ਵਿੱਚ ਹੁਣ ਇਹਦੇ 'ਚੋਂ ਕੀ ਕਾਮਨ ਆ ਗਿਆ? ਏ। ਇੱਧਰੋਂ ਕੀ ਆ ਗਿਆ? ਸੀ ਬਾਰ, ਏ ਸੀ ਬਾਰ, ਠੀਕ ਹੈ। ਇਸ ਗਰੁੱਪ ਦਾ ਕੀ ਬਣ ਗਿਆ? ਏ ਬਾਰ ਇੱਥੋਂ ਆ ਗਿਆ, ਠੀਕ ਹੈ, ਏ ਬਾਰ ਇਹਨਾਂ ਦੋਨਾਂ 'ਚੋਂ ਕਾਮਨ, ਅਤੇ ਇੱਧਰੋਂ ਆ ਗਿਆ ਸੀ ਡੀ ਬਾਰ। ਤਾਂ ਆਨਸਰ ਆ ਗਿਆ ਵਾਈ ਇਜ਼ ਈਕਲ ਟੂ ਬੀ ਬਾਰ ਔਰ ਏ ਸੀ ਬਾਰ ਔਰ ਏ ਬਾਰ ਸੀ ਡੀ ਬਾਰ। ਇਹ ਕੁਐਸਚਨ ਅਸੀਂ ਕੇ ਮੈਪ ਦੇ ਨਾਲ ਸੋਲਵ ਕੀਤਾ। ਇਸੇ ਕੁਐਸਚਨ ਨੂੰ ਅਸੀਂ ਬੋਲੀਅਨ ਥਿਊਰਮ ਦੇ ਨਾਲ ਵੀ ਕਰ ਸਕਦੇ ਹਾਂ। ਇਸੇ ਕੁਐਸਚਨ ਨੂੰ ਅਸੀਂ ਬੋਲੀਅਨ ਥਿਊਰਮ ਦੇ ਨਾਲ ਵੀ ਸੋਲਵ, ਹੁਣ ਅਸੀਂ ਇਸੇ ਕੁਐਸਚਨ ਨੂੰ ਬੋਲੀਅਨ ਥਿਊਰਮ ਦੇ ਨਾਲ ਸੋਲਵ ਕਰਨਾ। ਤਾਂ ਮੇਰੇ ਕੋਲ ਇਹਦੇ ਵਿੱਚ ਸਾਰਿਆਂ ਨਾਲੋਂ ਵਧੀਆ ਚੀਜ਼ ਕੀ ਪਈ ਹੈ? ਇਹਦੇ 'ਚ ਬੀ ਬਾਰ ਪਿਆ ਇਕੱਲਾ। ਇਹ ਬੀ ਬਾਰ ਜੇ ਅਸੀਂ ਕਾਮਨ ਕਰ ਲਈਏ, ਆਹ ਬੀ ਬਾਰ ਇੱਥੋਂ ਕੀ ਆ ਗਿਆ? ਏ ਬਾਰ ਸੀ ਡੀ, ਇੱਥੋਂ ਕੀ ਆ ਗਿਆ? ਏ ਬਾਰ ਸੀ ਬਾਰ, ਇੱਥੋਂ ਕੀ ਆ ਗਿਆ? ਏ ਬਾਰ ਡੀ ਬਾਰ, ਇੱਥੋਂ ਕੀ ਆ ਗਿਆ? 1, ਅਤੇ ਪਿੱਛੇ ਕੀ ਰਹਿ ਗਿਆ ਤੁਹਾਡਾ? ਅੱਗੇ ਪਿੱਛੇ ਰਹਿ ਗਿਆ ਤੁਹਾਡਾ, ਇੱਥੋਂ ਬੀ ਬਾਰ ਕਾਮਨ ਨਿਕਲ ਗਿਆ, ਪਿੱਛੇ ਰਹਿ ਗਿਆ ਤੁਹਾਡਾ ਏ ਬਾਰ ਬੀ ਸੀ ਡੀ ਬਾਰ, ਇੱਕ ਤਾਂ ਇਹ ਰਹਿ ਗਿਆ, ਇੱਥੋਂ ਵੀ ਬੀ ਬਾਰ ਨਿਕਲ ਗਿਆ, ਇੱਥੋਂ ਵੀ ਇੱਕ ਰਹਿ ਗਿਆ ਏ ਸੀ ਬਾਰ, ਠੀਕ ਹੈ। ਹੁਣ ਇਹ 1 ਔਰ ਕੁਛ ਵੀ ਹੋਵੇ, ਜਦੋਂ ਇੱਕ ਟਰਮ ਪਈ ਹੈ ਤਾਂ ਉਹਨੂੰ ਕਾਮਨ ਕੱਢ ਦਿਓ। ਕਾਮਨ ਕੱਢ ਕੇ ਬਾਕੀ ਟਰਮਾਂ ਨੂੰ ਕਿੰਨਾ ਬਣਾ ਦਿੰਦੀ ਹੈ? ਇਹ 1 ਬਣਾ ਦਿੰਦੀ ਹੈ। 1 ਔਰ ਕੁਛ ਵੀ ਹੋਵੇ, ਭਾਵੇਂ ਐਕਸ ਹੋਵੇ, ਭਾਵੇਂ ਵਾਈ ਬਾਰ ਹੋਵੇ, ਭਾਵੇਂ ਜੈੱਡ ਹੋਵੇ, 1 ਇੱਕ ਵੀ ਔਰ ਗੇਟ ਦੀ ਇੱਕ ਇਨਪੁੱਟ 1 ਹੋ ਗਈ ਤਾਂ ਕਿੰਨੀ ਹੋ ਜੂਗੀ ਉਹਦੀ ਆਊਟਪੁੱਟ? ਕਿੰਨੀ ਆਊਗੀ? 1 ਆਊਗੀ। ਤਾਂ ਇਸ ਕਰਕੇ ਆਹ ਕੀ ਹੋ ਗਿਆ ਤੁਹਾਡਾ? 1 ਹੋ ਗਿਆ। ਤਾਂ ਇੱਥੋਂ ਕੀ ਰਹਿ ਗਿਆ ਤੁਹਾਡਾ? ਬੀ ਬਾਰ ਔਰ ਏ ਬਾਰ ਬੀ ਸੀ ਡੀ ਬਾਰ ਔਰ ਏ ਸੀ ਬਾਰ, ਠੀਕ ਹੈ। ਹੁਣ ਇੱਥੇ ਅਸੀਂ ਡਿਸਟ੍ਰੀਬਿਊਟਿਵ ਲਾ ਲਾਉਣ ਦਾ ਫਾਇਦਾ, ਇੱਥੋਂ ਆ ਗਿਆ ਬੀ ਬਾਰ ਔਰ ਇਹਨੂੰ ਲਿਖ ਲਓ ਬੀ ਏ ਬਾਰ ਸੀ ਡੀ ਬਾਰ ਔਰ ਏ ਸੀ ਬਾਰ, ਇੱਥੇ ਡਿਸਟ੍ਰੀਬਿਊਟਿਵ ਲਾ ਦਿਓ। ਬੀ ਬਾਰ ਔਰ ਬੀ, ਇੱਥੇ ਹੋ ਗਿਆ ਬੀ ਬਾਰ, ਬੀ ਬਾਰ ਔਰ ਬੀ, ਅਤੇ ਬੀ ਬਾਰ ਔਰ ਦੂਜੀ ਟਰਮ ਹੈਗੀ ਹੈ ਏ ਬਾਰ ਸੀ ਡੀ ਬਾਰ ਔਰ ਏ ਸੀ ਬਾਰ, ਇਹ ਕਿੰਨਾ ਹੋ ਗਿਆ? 1, ਡਿਸਟ੍ਰੀਬਿਊਟਿਵ ਥਿਊਰਮ ਲਾਈਏ, ਐਕਸ ਪਲੱਸ ਵਾਈ ਜ਼ੈੱਡ ਕਾਹਦੇ ਬਰਾਬਰ ਹੁੰਦਾ? ਐਕਸ ਔਰ ਵਾਈ ਐਂਡ ਐਕਸ ਔਰ ਜ਼ੈੱਡ। ਤਾਂ ਇਹ ਹੋ ਗਿਆ ਤੁਹਾਡਾ ਬੀ ਬਾਰ ਔਰ ਏ ਬਾਰ ਸੀ ਡੀ ਬਾਰ ਔਰ ਏ ਸੀ ਬਾਰ।
ਇਹੀ ਆਨਸਰ ਸਾਡਾ ਕਿਹਦੇ ਨਾਲ ਆਇਆ ਸੀਗਾ ਕਿ ਮੈਪ ਦੇ ਨਾਲ ਆਇਆ ਸੀ। ਥੈਂਕ ਯੂ ਵੈਰੀ ਮੱਚ। ਇਸ ਤਰ੍ਹਾਂ ਅਸੀਂ ਨਮੈਰੀਕਲ ਸੋਲਵ ਕਰ ਸਕਦੇ ਹਾਂ ਕਿ ਮੈਪ ਦੇ।